ਸਾਡੇ ਫੇਸ ਦੌਰਾਨ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਐਸ ਐਸ ਪੀ ਸਾਹਿਬ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਦੇ ਜ਼ਰੀਏ ਅਸੀਂ ਪੈੜੇ ਅੰਤਰਾਂ 'ਤੇ ਕਾਰਵਾਈ ਕਰਦੇ ਹੋਏ ਇੱਕ ਲੜਾਈ ਝਗੜਾ ਹੋਇਆ ਸੀ ਜਿਹਦੇ 'ਚ 307 ਦੇ ਮੁਲਜ਼ਮ ਸੀਗੇ ਇਹਦੇ ਵਿੱਚ ਗੁਰਜਿੰਦਰ ਸਿੰਘ ਪਰਵਿੰਦਰ ਸਿੰਘ ਭੁਪਿੰਦਰ ਕੌਰ ਪ੍ਰਤਿਭਾ ਅਤੇ ਰਾਜਵਿੰਦਰ ਕੌਰ ਅਤੇ ਸ਼ਾਈਨਾ ਇਹ 6 ਅਕਿਊਜ਼ ਅਸੀਂ ਉਹਦੇ 'ਚ ਫੜੇ ਆ ਉਹਨਾਂ ਤੋਂ ਅੱਗੇ ਸਾਨੂੰ ਡਰੱਗਸ ਵੀ ਮਿਲੀ ਹੈ ਐਨ ਡੀ ਪੀ ਐੱਸ ਉਹਦੇ 'ਚ ਅਸੀਂ 12 ਗ੍ਰਾਮ ਦੀ ਉਹਦੀ ਵੀ ਰਿਕਵਰੀ ਹੈ ਅਤੇ ਇੱਕ ਸਾਨੂੰ ਉਹ ਕਹਿੰਦੇ ਦੂਸਰੇ ਇੱਕ ਹੋਰ ਜਿਹੜੇ ਉਹਦੇ ਵਿੱਚ ਕਾਰ ਚੋਰ ਮਿਲੇ ਹੈ ਜੀ ਜਿਹਦੇ ਵਿੱਚ ਸੋਨੂੰ ਅਤੇ ਰੋਹਿਤ ਦੁੱਗਲ ਹੈ ਉਹਨਾਂ ਕੋਲ ਵੀ ਇੱਕ ਕਾਰ ਦੀ ਰਿਕਵਰੀ ਇਹ ਬੇਸਿਕਲੀ ਜਿਹੜਾ 307 ਦਾ ਮੁਕੱਦਮਾ ਹੈ ਇਹ ਆਪਣੇ 1918-5 ਦਾ ਹੈ ਜੀ 18-5 ਕੀ ਕਹਿੰਦੇ ਦਰਜ ਹੋਇਆ ਸੀ ਫਿਰ ਜਦੋਂ ਉਹਨਾਂ ਨੂੰ ਅਰੈਸਟ ਕਰਨ ਗਏ ਅਤੇ ਉੱਥੋਂ ਹੀ ਸਾਨੂੰ ਜਿੱਥੇ ਅਰੈਸਟ ਕਰਨ ਲੱਗੇ ਉੱਥੋਂ ਹੀ ਉਹਨਾਂ ਕੋਲ ਐਨ ਡੀ ਪੀ ਐੱਸ ਸਾਨੂੰ ਇਹਦੀ ਰਿਕਵਰੀ ਹੋਈ ਹੈ ਅਤੇ ਉਹਦੇ 'ਤੇ ਫਿਰ 57 ਨੰਬਰ ਮੁਕੱਦਮਾ ਦਰਜ ਹੋਇਆ ਇਹਦਾ ਹੈਗਾ ਹੈ ਗੁਰਜਿੰਦਰ ਪਰਵਿੰਦਰ ਕੌਰ ਭੁਪਿੰਦਰ ਕੌਰ ਪ੍ਰਤਿਭਾ ਰਾਜਵਿੰਦਰ ਕੌਰ ਅਤੇ ਸ਼ਾਈ ਅੱਛਾ ਜੀ ਬਸ ਹਾਂਜੀ ਇਹਦੇ 'ਚ ਮਕਾਨ ਨੰਬਰ 2773 ਹੈ ਸੈਕਟਰ 67 ਅਤੇ ਉਹਦੇ ਵਿੱਚ ਕੀ ਕਹਿੰਦੇ ਇਹਨਾਂ ਕੋਲ ਨਿਸ਼ੀਲਾ ਪਾਊਡਰ ਪੀ ਰਹੇ ਸੀਗੇ ਅੱਗੇ ਪੁੱਛਾਂਗੇ ਕੀ ਕਹਿੰਦੇ ਯੂਜ ਤਾਂ ਹੀ ਕਰਦੇ ਹੀ ਹੋਣਗੇ ਅਤੇ ਸਪਲਾਈ ਵੀ ਕਰਦੇ ਹੋਣਗੇ ਅੱਗੇ ਇਨਵੈਸਟੀਗੇਸ਼ਨ ਜਾਊਗਾ ਇਹਦੇ 'ਚ ਇੱਕ ਉਹ 2 ਹੋਰ ਮੁਲਜ਼ਮ ਹੈ ਜਿਹੜਾ ਸੋਨੂੰ ਅਤੇ ਰੋਹਿਤ ਦੁੱਗਲ ਹੈ ਉਹਨਾਂ ਕੋਲ ਇੱਕ ਆਲਟੋ ਕਾਰ ਵੀ ਚੋਰੀ ਕੀਤੀ ਹੋਈ 12 ਗ੍ਰਾਮ ਹਾਂਜੀ ਇਹਨਾਂ ਦੇ ਕੀ ਕਹਿੰਦੇ ਇਹਦੇ ਵਿੱਚ ਇੱਥੇ ਲੋਕਲ 10-11 ਫੇਸ ਦੇ ਏਰੀਏ 'ਚ ਇਹ ਆਪ ਵੀ ਕੀ ਨਹੀਂ ਇਹਨਾਂ ਦੇ ਇਹਨਾਂ ਦਾ ਕਈਆਂ ਦੇ ਕੋਈ ਗੁਰਜਿੰਦਰ ਜਿਹੜਾ ਮੌਲੀ ਵਿਦਵਾਨ ਹੈ ਅਤੇ ਉਹ ਵੈਸੇ ਮੈਂ ਤੁਹਾਨੂੰ ਐਡਰੈਸ ਡਿਸਕਲੋਜ਼ ਨਾ ਕਰਾਂ ਤਾਂ ਬੈਟਰ ਹੈ ਅਤੇ ਇਹ ਨਾਮ ਤੁਹਾਨੂੰ ਇਹ ਦੱਸ ਹੀ ਦਿੱਤੇ ਕੋਈ ਖਾਸ ਨਹੀਂ ਤੁਰ ਫਿਰ ਕੇ ਇਹੀ ਕੰਮ ਕਰਦੀ ਕੰਮ ਮਾੜਾ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਅਸੀਂ ਇੱਕ ਪੱਕਾ ਧਾਰਿਆ ਹੋਇਆ ਵੀ ਉਹ ਅੰਦਰ ਹੀ ਜਾਊ ਬਾਕੀ ਜਿਹੜੇ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੇ ਕਾਰੋਬਾਰ ਕਰ ਰਹੇ ਨੇ ਉਹਨਾਂ ਨੂੰ ਵੀ ਇਹ ਇਤਨਾਮ ਨਹੀਂ ਹੈ ਵੀ ਕੀ ਕਹਿੰਦੇ ਉਹਦੇ ਵਿੱਚ ਜਿਹੜਾ ਵੀ ਕੋਈ ਮਾੜਾ ਅੰਸਰ ਡਰੱਗਸ 'ਤੇ ਅਸੀਂ ਆਪਣੇ ਇਲਾਕੇ 'ਚ ਬਿਲਕੁਲ ਨਹੀਂ ਦਿਖਾਉਂਦੇ ਕਿਸੇ ਵੀ ਹਾਲਾਤ